ਬੱਚਿਆਂ ਦੇ ਨਾਲ ਵਕਤ ਗੁਜ਼ਾਰਨਾ ਔਰ ਮੈਮਰੀਜ਼ ਬਣਾਉਣਾ, ਇਹਦੀ ਇਹ ਸ਼ਰਤ ਨਹੀਂ ਹੈ ਕਿ ਕੋਈ ਐਕਸਪੈਂਸਿਵ ਪੁਆਇੰਟ ਹੋਵੇ, ਕੋਈ ਐਕਸਪੈਂਸਿਵ ਗਿਫਟ ਹੋਣ ਅਤੇ ਫਿਰ ਹੀ ਮੈਮਰੀਜ਼ ਬਣਦੀਆਂ। ਬੱਚਿਆਂ ਨੂੰ ਸਿਰਫ ਤੁਸੀਂ ਪਾਰਕ ਲੈ ਜਾਓ, ਬੱਚਿਆਂ ਨੂੰ ਤੁਸੀਂ ਕਿਸੇ ਮੇਲੇ 'ਤੇ ਲੈ ਜਾਓ, ਉੱਥੋਂ 5 ਰੁਪਏ ਦੀਆਂ ਜਲੇਬੀਆਂ ਲੈ ਦਿਓ, ਉੱਥੇ ਉਹਨਾਂ ਨੂੰ ਕੋਈ 5 ਰੁਪਏ ਵਾਲਾ ਬਾਜਾ ਲੈ ਦਿਓ, ਠੀਕ ਹੈ, ਉਹਨਾਂ ਨੂੰ ਕੋਈ ਗੁੱਡੀ ਲੈ ਦਿਓ। ਲੇਕਿਨ ਅੱਜ ਦੁਨੀਆ ਦੀ ਸਾਰਿਆਂ ਤੋਂ ਕੀਮਤੀ ਚੀਜ਼ ਉਹਨਾਂ ਵਾਸਤੇ ਇਹੀ ਆ, ਲੱਛੇ ਖਾ ਲੈਣੇ, ਪਾਪੜ ਖਾ ਲੈਣੇ, ਸਲੰਟੀਆਂ ਖਾ ਲੈਣੀਆਂ, ਠੀਕ ਹੈ, ਕਿਸੇ ਗੱਡੀ 'ਤੇ ਰਾਈਡ ਲੈ ਲੈਣੀ, ਸਾਈਕਲ 'ਤੇ ਝੂਟਾ ਲੈ ਲੈਣਾ, ਇਹ ਵਕਤ ਦਾ ਤਕਾਜ਼ਾ ਹੁੰਦਾ ਵਾ। ਬੱਚੇ ਮਾਸੂਮ ਹੁੰਦੇ ਆ, ਉਹਨਾਂ ਨੂੰ ਇਹ ਚੀਜ਼ਾਂ ਦੁਨੀਆ 'ਚ ਸਾਰਿਆਂ ਤੋਂ ਜ਼ਿਆਦਾ ਕੀਮਤੀ ਲੱਗ ਰਹੀਆਂ ਹੁੰਦੀਆਂ। ਅਤੇ ਮੈਂ ਸਿਰਫ ਇੱਥੇ ਤੁਹਾਨੂੰ ਯਾਦ ਇਹ ਕਰਾਉਣਾ ਚਾਹ ਰਿਹਾ ਵਾਂ ਕਿ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਕਿਤੇ ਬੱਚਿਆਂ ਨੂੰ ਬਾਹਰ ਲੈ ਕੇ ਜਾਣਾ ਤਾਂ ਉਹਦੇ ਵਾਸਤੇ ਤੁਸੀਂ ਉਹਨਾਂ ਨੂੰ ਮਰੀ ਲੈ ਕੇ ਜਾਓ ਤਾਂ ਫਿਰ ਹੀ ਬੱਚੇ ਖੁਸ਼ ਹੋਣਗੇ। ਤੁਸੀਂ ਆਪਣੇ ਪਿੰਡ ਦੇ, ਆਪਣੇ ਮੁਹੱਲੇ ਦੇ, ਆਪਣੇ ਟਾਊਨ ਦੇ ਗਰਾਊਂਡ 'ਚ ਲੈ ਜਾਓ ਉਹਨਾਂ ਨੂੰ, ਪਲੇ ਗਰਾਊਂਡ 'ਚ ਲੈ ਜਾਓ, ਫੁੱਟਬਾਲ ਦੇ ਗਰਾਊਂਡ 'ਚ ਲੈ ਜਾਓ, ਜਿੱਥੇ ਕੋਈ ਛੋਟੀ ਮੋਟੀ ਸਲਾਈਡ ਹੈ ਉੱਥੇ ਲੈ ਜਾਓ, ਝੂਲਿਆਂ 'ਤੇ ਲੈ ਜਾਓ ਉਹਨਾਂ ਨੂੰ। ਉਹਨਾਂ ਵਾਸਤੇ ਇਹੀ ਇੰਜੋਏ ਕਰਨ ਦਾ ਟਾਈਮ ਹੈ। ਉਹ ਇਸ ਚੀਜ਼ 'ਚ ਡਿਫਰੈਂਸ ਨਹੀਂ ਕਰਨਗੇ ਕਿ ਤੁਸੀਂ ਉਹਨਾਂ ਨੂੰ ਮੈਕਡੋਨਲ ਤੋਂ ਬਰਗਰ ਖਿਲਾ ਰਹੇ ਹੋ ਜਾਂ ਰੇਹੜੀ ਤੋਂ ਬਰਗਰ ਖਿਲਾ ਰਹੇ ਹੋ। ਉਹਨਾਂ ਦਾ ਤੁਹਾਡੇ ਨਾਲ ਬਾਹਰ ਜਾਣਾ, ਤੁਹਾਡੇ ਨਾਲ ਟਾਈਮ ਸਪੈਂਡ ਕਰਨਾ, ਇਹੀ ਸਾਰਿਆਂ ਤੋਂ ਕੀਮਤੀ ਆ, ਇਹੀ ਸਾਰਿਆਂ ਤੋਂ ਇੰਪੋਰਟੈਂਟ ਹੈ। ਅਸੀਂ ਅੱਜ ਯਾਦ ਕਰਦੇ ਹਾਂ ਕਿ ਅਸੀਂ ਆਪਣੇ ਵਾਲਦਿਆਂ ਦੇ ਨਾਲ ਜਿਹੜੇ ਇਵੈਂਟ 'ਤੇ ਜਾਂਦੇ ਸੀ, ਮੇਲਿਆਂ 'ਤੇ ਜਾਂਦੇ ਸੀ, ਬਾਹਰ ਫਨ ਫੇਅਰ 'ਤੇ ਜਾਂਦੇ ਸੀ, ਉਹਨਾਂ ਦੀ ਉਸ ਵਕਤ ਕੁਛ ਕੀਮਤ ਨਹੀਂ ਸੀ, ਲੇਕਿਨ ਸਾਡੇ ਵਾਸਤੇ ਉਹ ਇੰਨੇ ਕੁ ਅਹਿਮ ਸੀ ਕਿ ਅਸੀਂ ਦੁਨੀਆ ਦੀ ਦੌਲਤ ਇੱਕ ਪਾਸੇ ਅਤੇ ਉਸ ਫਨ ਫੇਅਰ 'ਤੇ ਜਾਣ ਦੀ ਡਿਮਾਂਡ ਇੱਕ ਪਾਸੇ ਰੱਖਦੇ ਸੀ। ਅਤੇ ਆਪਣੇ ਆਪ ਨੂੰ ਕਦੀ ਵੀ ਅੰਡਰ ਐਸਟੀਮੇਟ ਨਾ ਕਰੋ। ਬੱਚਿਆਂ ਨੂੰ ਸਿਰਫ ਤੁਹਾਡੀ ਅਟੈਨਸ਼ਨ ਚਾਹੀਦੀ ਆ, ਬੱਚਿਆਂ ਨੂੰ ਬ੍ਰੈਂਡ ਔਰ ਲਗਜ਼ਰੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਅਤੇ ਆਪਣੇ ਆਪ ਨੂੰ ਅੰਡਰ ਐਸਟੀਮੇਟ ਨਾ ਕਰੋ। ਸਟੇ ਸੇਫ। ਇੱਥੇ ਭਾਅ ਜੀ ਪੰਗਾ ਪੈ ਗਿਆ। ਅਰਸ਼ਾਨ ਕਹਿੰਦਾ ਜੀ ਸਕੁਏਅਰ ਕੱਪ ਜਿਹੜਾ ਵਾ ਉਹਦੇ 'ਚ ਆਈਸਕ੍ਰੀਮ ਖਾਣੀ ਹੈ, ਬੜੀ ਮੁਸ਼ਕਲ, ਔਖਾ ਸੌਖਾ ਉਹਨੂੰ ਥੋੜ੍ਹੀ ਬਹੁਤੀ ਖਿਲਾਈ ਹੈ, ਅੱਲਾ ਅੱਲਾ ਕਰਕੇ। ਅਤੇ ਮੁੰਡਾ ਸਾਡਾ ਕਹਿੰਦਾ ਸੀ ਜੀ ਕੱਪ ਜਿਹੜਾ ਵਾ ਉਹ ਸਕੁਏਅਰ ਹੋਣਾ ਚਾਹੀਦਾ। ਮੈਂ ਕਿਹਾ ਵੀ ਬਹੁਤ ਔਡਰ ਦਿੰਦੇ ਹਾਂ ਤੇਰੇ ਲਈ ਬਣਾਉਂਦੇ ਹਾਂ। ਪੁੱਛਦਾ ਰਿਹਾ ਕੁੜੀ ਨੂੰ, ਕਹਿੰਦੀ ਹੈ ਨਹੀਂ ਗਾ ਕੋਈ ਵੀ। ਅੱਗੇ ਚੱਲੋ। There was butterflies everywhere, was butterflies, and now we've got snails. Yeah, we've got snails, but because the monsoon is not start yet, that's why. But nature's fantastic, isn't it? Yeah, very nice. It just adapts to whatever. But I miss the butterflies. Yeah, we all miss the butterflies. We all miss the butterflies. Nice to see you today. But the kids seem just as happy. Yeah, hunting for snails, and that's it, the youth, isn't it? That's true. Fantastic. Take care. Thank you, Amasha. See you later. ਚੇਸ। ਯੂਕੇ 'ਚ ਇੱਕ ਬੰਦਾ 20 ਮਕਾਨ ਅਤੇ ਬੈਂਕ ਬੈਲੈਂਸ ਛੱਡ ਕੇ ਮਰ ਗਿਆ, ਅਤੇ ਜਿਸ ਦਿਨ ਉਹਦਾ ਜਨਾਜ਼ਾ ਸੀਗਾ ਉਸ ਦਿਨ ਉਹਦੀ ਔਲਾਦ ਜਿਹੜੀ ਹੈ ਉਹ ਜਨਾਜ਼ੇ 'ਤੇ ਆਉਣ ਤੋਂ ਲੜਨ ਦੇ ਹੀ ਸੀ। ਅਤੇ ਉਹਨਾਂ ਦੇ ਆਪਣੇ ਪਿਓ ਦੇ ਬਾਰੇ 'ਚ ਖਿਆਲਾਤ ਇਹ ਸੀ ਕਿ ਉਹ ਕਹਿੰਦੇ ਕਿ ਵੀ ਸਾਰੀ ਉਮਰ ਸਾਡੇ ਪਿਓ ਨੇ ਸਾਡੇ ਨਾਲ ਵਕਤ ਨਹੀਂ ਗੁਜ਼ਾਰਿਆ, ਨਾ ਸਾਨੂੰ ਇਹ ਕਿਤੇ ਹੋਲੀਡੇ 'ਤੇ ਲੈ ਕੇ ਗਿਆ, ਨਾ ਇਹਨੇ ਚੱਜ ਦਾ ਪਾਇਆ, ਨਾ ਇਹਨੇ ਚੱਜ ਦਾ ਖਾਧਾ, ਸਾਰੀ ਉਮਰ ਇਹਨੇ ਪੈਸਾ ਕਮਾਉਣ 'ਤੇ ਲਾ ਦਿੱਤੀ ਆ। ਅਤੇ ਮੈਂ ਇਸ ਗੱਲ ਤੋਂ ਇਹ ਸਬਕ ਸਿੱਖਦਾ ਵਾਂ
ਕਿ ਇਹ ਮਰਦ ਜਿਹੜਾ ਵਾ ਸਾਰੀ ਜ਼ਿੰਦਗੀ ਔਲਾਦ ਵਾਸਤੇ ਪੈਸਾ ਇਕੱਠਾ ਕਰਦਾ, ਹਲਾਲ ਹਰਾਮ ਨਹੀਂ ਦੇਖਦਾ, ਅਤੇ ਜਨਾਜ਼ੇ ਅਤੇ ਔਲਾਦ ਇਹ ਲੜਨ ਦੀ ਹੈ ਕਿ ਸਾਡੇ ਪਿਓ ਨੇ ਸਾਰੀ ਉਮਰ ਸਾਡੇ ਵਾਸਤੇ ਟਾਈਮ ਨਹੀਂ ਕੱਢਿਆ। ਬੰਦਾ ਇਹਨਾਂ ਖੋਤੀ ਦਿਆਂ ਬੱਚਿਆਂ ਨੂੰ ਪੁੱਛੇ ਕਿ ਵੀ ਇਹ 20 ਮਕਾਨ ਜਿਹੜੇ ਆ ਉਹ ਕਬਰ ਦੇ ਵਿੱਚ ਨਾਲ ਨਹੀਂ ਲੈ ਕੇ ਗਿਆ, ਤੁਹਾਡੇ ਵਾਸਤੇ ਛੱਡ ਕੇ ਗਿਆ ਨਾ, ਜੇ ਉਹ ਤੁਹਾਨੂੰ ਹੋਲੀਡੇ ਕਰਾਉਂਦਾ, ਅਯਾਸ਼ੀ ਮਾਰਦਾ, ਮਹਿੰਗੀਆਂ ਬ੍ਰੈਂਡਾਂ ਪਾਉਂਦਾ, ਮਹਿੰਗੀਆਂ ਗੱਡੀਆਂ ਝੂਟਦਾ, ਅਤੇ ਇਹ ਕੁਛ ਨਾ ਬਣਦਾ। ਇਸ ਮੁਕਾਬਲੇ 'ਚ ਦੂਸਰਾ ਮਰਦ ਉਹ ਹੈ ਜਿਹੜਾ ਆਪਣੀ ਔਲਾਦ ਨੂੰ ਲਿਖਾਉਂਦਾ, ਪੜ੍ਹਾਉਂਦਾ, ਉਹਦੇ ਨਾਲ ਵਕਤ ਗੁਜ਼ਾਰਦਾ, ਉਹਨੂੰ ਦੀਨੀ ਤਾਲੀਮ ਦਿੰਦਾ, ਉਹਨੂੰ ਸੋਸ਼ਲ ਕਰਦਾ, ਔਰ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੇ ਨਾਲ ਵਕਤ ਗੁਜ਼ਾਰਦਾ। ਉਹਦੇ ਕੋਲ ਸਿਰਫ ਆਪਣਾ ਇੱਕ ਮਕਾਨ ਹੁੰਦਾ ਜਾਂ ਵਿਚਾਰਾ ਸਾਰੀ ਉਮਰ ਉਹ ਕਿਰਾਏ 'ਤੇ ਰਹਿੰਦਾ। ਉਹਦੀ ਔਲਾਦ ਪੜ੍ਹ ਲਿਖ ਕੇ ਡਾਕਟਰ ਬਣ ਜਾਂਦੀ ਆ, ਇੰਜੀਨੀਅਰ ਬਣ ਜਾਂਦੀ ਆ, ਇਲੈਕਟ੍ਰੀਸ਼ੀਅਨ ਬਣ ਜਾਂਦੀ ਆ, ਆਲਮ ਬਣ ਜਾਂਦੀ ਆ, ਸੋਲਿਸਟਰ ਬਣ ਜਾਂਦੀ ਆ, ਲੇਕਿਨ ਉਹਨਾਂ ਦੇ ਕੋਲ ਮਕਾਨ ਇੱਕੋ ਹੀ ਆ। ਅਤੇ ਜਦੋਂ ਉਹਦੇ ਮਾਂ ਪਿਓ ਬੁੱਢੇ ਹੁੰਦੇ ਆ ਅਤੇ ਉਹ ਆਪਣੇ ਮਾਂ ਪਿਓ ਦੇ ਨਾਲ ਵਕਤ ਗੁਜ਼ਾਰਦੇ ਆ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਆ ਕਿ ਤੁਸੀਂ ਸਾਨੂੰ ਇਸ ਕਾਬਲ ਬਣਾ ਦਿੱਤਾ ਕਿ ਅੱਜ ਅਸੀਂ ਇੱਕ ਅੱਛੇ ਫੀਲਡ ਦੇ ਵਿੱਚ ਅੱਛੀ ਇਨਕਮ ਦੇ ਨਾਲ ਰਹਿ ਰਹੇ ਹਾਂ। ਅਤੇ ਫਾਇਦਾ ਉਸ ਮਾਂ ਪਿਓ ਨੂੰ ਹੁੰਦਾ ਵਾ ਜਿਹਨੇ ਆਪਣੀ ਔਲਾਦ ਨੂੰ ਪੜ੍ਹਾਇਆ ਲਿਖਾਇਆ, ਉਹਦੀ ਤਰਬੀਅਤ ਕੀਤੀ, ਨਾ ਕਿ ਪ੍ਰੋਪਰਟੀਆਂ ਅਤੇ ਬੈਂਕ ਬੈਲੈਂਸ ਛੱਡ ਗਏ ਉਹਨਾਂ ਵਾਸਤੇ। ਅਤੇ ਔਲਾਦ ਇਹ ਕਹਿ ਰਹੀ ਆ ਕਿ ਸਾਡਾ ਪਿਓ ਤਾਂ ਖੋਤਾ ਸੀ, ਖੋਤੇ ਵਾਂਗੂ ਕੰਮ ਕਰਦਾ ਸੀ, ਸਾਰੀ ਉਮਰ ਉਹਨੇ ਨਾ ਚੰਗਾ ਪਾਇਆ, ਨਾ ਖਾਧਾ, ਨਾ ਸਾਨੂੰ ਕਿਤੇ ਲੈ ਕੇ ਗਿਆ, ਸਵੇਰੇ ਕੰਮ ਅਤੇ ਸ਼ਾਮ ਨੂੰ ਘਰੋਂ ਆ ਕੇ ਸੋ ਜਾਣਾ। ਅਤੇ ਇਸ ਕਰਕੇ ਇਹਨਾਂ ਇੰਸੀਡੈਂਟਸ ਤੋਂ ਅਸੀਂ ਇਹੀ ਗੱਲ ਸਿੱਖਣੀ ਆ ਕਿ ਪੈਸਾ ਜ਼ਰੂਰਤ ਹੈ, ਇਹਨੂੰ ਜ਼ਰੂਰਤ ਤੱਕ ਰੱਖੋ, ਅਤੇ ਆਪਣੀਆਂ ਜਿਹੜੀਆਂ ਅਸੈਂਸ਼ਲਸ ਹੈ ਉਹਦੇ ਵਾਸਤੇ ਵਰਕ ਹਾਰਡ ਕਰੋ, ਹਰ ਵਕਤ ਪੈਸਾ ਕਮਾਉਣ ਦੀ ਜੁਸਤਜੂ ਰੱਖੋ, ਲੇਕਿਨ ਇਹਦੇ ਨਾਲ ਨਾਲ ਇਹ ਨਾ ਭੁੱਲ ਜਾਵੋ ਕਿ ਅਸੀਂ ਆਪਣੀ ਔਲਾਦ ਦੀ ਤਰਬੀਅਤ ਵੀ ਕਰਨੀ ਆ। ਔਲਾਦ ਵਾਸਤੇ ਪ੍ਰੋਪਰਟੀਆਂ ਛੱਡ ਕੇ ਜਾਣਾ ਇਹ ਇੱਕ ਪਹਿਲੂ ਹੈ, ਦੂਸਰਾ ਪਹਿਲੂ ਹੈ ਆਪਣੀ ਔਲਾਦ ਦੀ ਅੱਛੀ ਤਰਬੀਅਤ ਕਰਨਾ। ਤਰਬੀਅਤ ਤੁਸੀਂ ਉਦੋਂ ਹੀ ਕਰ ਪਾਉਂਦੇ ਹੋ ਜਦੋਂ ਤੁਸੀਂ ਜਾਇਜ਼ ਜਾਇਜ਼ ਕੰਮ ਕਰੋ ਔਰ ਮਿਹਨਤ ਦੇ ਨਾਲ ਪੈਸਾ ਕਮਾਓ ਔਰ ਉਹਨਾਂ ਨੂੰ ਵਕਤ ਦਿਓ, ਫਿਰ ਉਹ ਤੁਹਾਨੂੰ ਐਪਰੀਸ਼ੀਏਟ ਵੀ ਕਰਨਗੇ। ਉਹਨਾਂ ਨੂੰ ਪਤਾ ਹੋਏਗਾ ਕਿ ਅੱਜ ਸਾਡੇ ਮਾਂ ਪਿਓ ਨੇ ਸਾਨੂੰ ਪੜ੍ਹਾਇਆ ਲਿਖਾਇਆ, ਅਸੀਂ ਮਿਹਨਤ ਕੀਤੀ, ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਨਾ। ਅਤੇ ਮੈਂ ਆਪ ਵੀ ਇਹਨਾਂ ਚੀਜ਼ਾਂ ਤੋਂ ਸਿੱਖਦਾ, ਇਹ ਰੋਜ਼ਮਰ੍ਹਾ ਸਾਡੇ ਸਾਹਮਣੇ ਇਸ ਤਰ੍ਹਾਂ ਦੇ ਵਾਕਿਆਤ ਆਉਂਦੇ ਆ ਜਿਹੜੇ ਸਾਨੂੰ ਮੋਟੀਵੇਸ਼ਨ ਦਿੰਦੇ ਆ ਕਿ ਪੈਸਾ ਜ਼ਰੂਰੀ ਆ ਲੇਕਿਨ ਮਨੀ ਇਜ਼ ਨੋਟ ਐਵਰੀਥਿੰਗ, ਮਨੀ ਕੈਨ ਸੋਲਵ ਦਾ ਪ੍ਰੋਬਲਮ ਬਟ ਸਟਿਲ ਮਨੀ ਇਜ਼ ਨੋਟ ਐਵਰੀਥਿੰਗ। ਆਪਣਾ ਬਹੁਤ ਸਾਰਾ ਖਿਆਲ ਰੱਖੋ, ਸਟੇ ਸੇਫ।